ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਵੀਰੋ, ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਬਾਹਰ ਦਾ ਦੌਰ ਆ ਜਿਹੜਾ ਉਹ ਬੜਾ ਉੱਚ ਪੱਧਰ 'ਤੇ ਪਹੁੰਚ ਚੁੱਕਿਆ। ਜਿਹੜਾ ਪੰਜਾਬ ਆ ਇਹ ਬਿਲਕੁਲ ਖਾਲੀ ਹੋਣ ਦੇ ਕਿਨਾਰੇ ਆ ਗਿਆ। ਹੁਣ ਉਹਨੂੰ ਬਚਾਉਣ ਦੀ ਜ਼ਰੂਰਤ ਆ ਵੀ ਜਿਹੜਾ ਕੋਈ ਰਹਿ ਗਿਆ ਮਾੜਾ ਮੋਟਾ ਪੰਜਾਬ ਦੇ ਵਿੱਚ, ਵੀ ਉਹਨੂੰ ਬਚਾ ਲਈਏ ਆਪਾਂ। ਇਹਦੇ ਉੱਪਰ ਮਤਲਬ ਕਿ ਗੈਵੀ ਚੌਹਾਨ ਆਪਣਾ ਇੱਕ ਵੀਰ ਆ ਅਤੇ ਭਰਾ ਹੀ ਆਪਣਾ, ਅਤੇ ਉਹਦੀਆਂ ਚੈਨਲ ਬਣਿਆ ਹੋਇਆ ਵੀ ਜਿਹੜਾ ਇਸ ਮਾਈ ਬੱਸ ਗ੍ਰੇਸ਼ਨ 'ਤੇ ਵੀਡੀਓ ਕਰਦਾ, ਜਿਹੜਾ ਉੱਧਰੋਂ ਕਨੇਡਾ 'ਚ ਆਉਂਦੇ ਆ ਜਾਂ ਜਿਹੜੇ ਕਨੇਡਾ 'ਚ ਬੈਠੇ ਆ ਉਹ ਆਪਦੇ ਦੁੱਖ ਤਕਲੀਫ ਚੈਨਲ 'ਤੇ ਦੱਸਦੇ ਆ, ਉਹ ਅਗਾਂਹ ਸ਼ੇਅਰ ਕਰਦਾ। ਕਿਉਂਕਿ ਗੈਵੀ ਬਾਈ ਮੈਂ ਤੁਹਾਨੂੰ ਦੱਸ ਦੇਵਾਂ ਇੱਕ ਵਕੀਲ ਆ, ਉਹਦਾ ਬਹੁਤ ਸੋਹਣਾ ਵਧੀਆ ਕੰਮ ਚੱਲਿਆ, ਘਰੋਂ ਜਾਇਦਾਦ ਵੀ ਬਹੁਤ ਚੰਗੀ ਆ, ਅਤੇ ਉਹਦਾ ਜਿਹੜਾ ਮੇਨ ਮਕਸਦ ਆ ਜੋ ਚੈਨਲ ਦਾ ਉਹ ਸਿਰਫ ਪੰਜਾਬ ਪ੍ਰਤੀ ਆ ਵੀ ਸਾਡਾ ਪੰਜਾਬ ਬਚ ਸਕੇ। ਵੀ ਜਾਂ ਜਿਹੜੇ ਸਾਡੇ ਮੁੰਡਿਆਂ ਨੂੰ ਗਲਤ ਝਾਂਸੇ ਦੇ ਕੇ ਬਾਹਰ ਭੇਜਿਆ ਜਾਂਦਾ ਵੀ ਪਤਾ ਨਹੀਂ ਕੀ ਆ, ਜਿਹੜੇ ਮੰਨ ਕੇ ਚਲੋ ਉੱਥੇ ਜਾ ਕੇ ਪਤਾ ਲੱਗਦਾ ਉਹਨਾਂ ਨੂੰ ਵੀ ਕੋਈ ਫਸ ਨਾ ਜਾਵੇ, ਠੀਕ ਆ। ਉਹਦੇ ਕਰਕੇ ਉਹ ਐਕਸਪੀਰੀਅੰਸ ਹੈ ਆਪਦਾ ਜਿਹੜਾ ਬਾਹਰ ਲਿਆਂਦਾ, ਉਹ ਹਮੇਸ਼ਾ ਹੀ ਉਹ ਆਪਦਾ ਜਿਗਰ ਜਿਹਾ ਚੈਨਲ ਉੱਤੇ ਕਰਦਾ ਰਹਿੰਦਾ ਉਹ, ਅਤੇ ਵੀਡੀਓ ਵੀ ਕਰਦਾ, ਅਤੇ ਜਿਹੜਾ ਇਹਦਾ ਕੰਮ ਹੈ ਬਹੁਤ, ਇਹਦਾ ਮਤਲਬ ਕਿ ਪੰਜਾਬ ਪਹੁੰਚਾਉਣਾ ਮਕਸਦ ਕੰਮ ਆ ਵੀ ਸਾਡੀ ਜਿਹੜੀ ਧਰਤੀ ਆ, ਸਾਡੀਆਂ ਜਿਹੜੀਆਂ ਸੱਥਾਂ ਖਾਲੀ ਹੋ ਗਈਆਂ, ਜਿਹੜੀਆਂ ਸਾਡੇ ਘਰਾਂ ਦੇ ਘਰ ਖਾਲੀ ਹੋ ਗਏ, ਪਿੰਡਾਂ 'ਚ ਜੂਸ ਨਹੀਂ ਲੱਭਦਾ, ਉਹਦੇ ਉੱਪਰ ਕੰਮ ਕਰ ਰਹੇ ਹਾਂ, ਠੀਕ ਆ। ਗੈਵੀ ਹੋਇਆ ਬਈ, ਕਰਨ ਹੋ ਗਿਆ, ਕਰਨ ਔਲਖ ਢਾਬਾ ਤੋਂ, ਖੰਨੇ ਕੀ ਢਾਬ ਤੋਂ, ਉਹ ਵੀ ਸਿਰਫ ਪੰਜਾਬ ਪਹੁੰਚਾਉਣ ਦੀ ਖਾਤਰ ਕਨੇਡਾ ਨੂੰ ਛੱਡ ਕੇ ਅਤੇ ਇੱਥੇ ਪੰਜਾਬ ਆ ਕੇ ਰਹਿਣ ਲੱਗਿਆ। ਉਹਨੇ ਆਪਣੇ ਤੋਂ ਸ਼ੁਰੂਆਤ ਕੀਤੀ ਆ ਪਹਿਲਾਂ, ਅਗਲਾ ਕਹਿੰਦਾ ਨਾ ਯਾਰ ਆਪਣਾ ਕਹਿੰਦੇ ਫਲਾਨੇ ਤੂੰ ਨਹੀਂ ਆਉਂਦਾ ਬਾਹਰ ਯਾਰ ਬਾਹਰੋਂ, ਠੀਕ ਆ ਤੂੰ ਫਲਾਨੇ ਤਾਂ ਕਹੀ ਜਾਂਦਾ, ਕਹਿੰਦੇ ਨਾ ਆਪਾਂ ਅਕਸਰ, ਪਰ ਕਰਨ ਨੇ ਪਹਿਲਾਂ ਸ਼ੁਰੂਆਤ ਕੀਤੀ ਆ, ਫਿਰ ਉਹ ਆ ਕੇ ਉਹਨੇ ਅੱਗੇ ਬੋਲਿਆ ਉਹ ਇੱਥੇ ਆ ਕੇ। ਇਸੇ ਤਰ੍ਹਾਂ ਵੀਰੋ ਆਪਾਂ ਗੱਲ ਕਰਦੇ, ਗੈਵੀ ਵੀਰੇ ਨੇ ਇੱਕ ਨਾ ਕੋਈ ਵੀਡੀਓ ਪਾਈ ਸੀਗੀ ਬਾਈ ਗੈਵੀ ਨੇ ਅੱਜ ਤੋਂ ਕੁਛ ਦਿਨ ਪਹਿਲਾਂ, ਵੀ ਜਿਹੜਾ ਮੁੰਡਾ 20 ਦਿਨ ਲਾ ਕੇ ਵਾਪਸ ਆਇਆ ਕਨੇਡਾ ਤੋਂ, ਉਹਨੇ ਚਲੋ ਆਪਦਾ ਐਕਸਪੀਰੀਅੰਸ 20 ਦਿਨ ਦਾ ਆਪਦਾ ਉਹਨੇ ਜਿਹੜਾ ਆਪਦਾ ਚੈਨਲ 'ਤੇ ਕੀਤਾ। ਅਤੇ ਇੱਕ ਇਮੀਗ੍ਰੇਸ਼ਨ ਵਾਲੇ ਆ ਜਿਹੜੇ ਬਾਹਰ ਭੇਜਦੇ, ਬਹੁਤ ਵਧੀਆ ਕੰਮ ਆ, ਗੁਰਸਿੱਖ ਵੀਰ ਆ, ਅਤੇ ਆਹ ਵੇਖੋ ਮੈਂ ਲਿੰਕ ਵੀ ਭੇਜ ਦਿੰਦਾ ਤੁਹਾਨੂੰ ਵਿਖਾ ਦਿੰਦਾ ਨਾਲ, ਅਤੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਉਸ ਵੀਡੀਓ ਦੇ ਉੱਤੇ, ਵੇਖੋ ਜੀ 20 ਦਿਨ ਦੇ ਵਿੱਚ ਕਿਹੜਾ ਐਕਸਪੀਰੀਅੰਸ ਆ, ਜਿਹੜਾ ਵੀਡੀਓ ਪਾ ਰਿਹਾ ਉਹ ਵੀ ਉਹੋ ਜਿਹਾ ਫਲਾਨਾ ਗਿਆ ਵੀ, ਜਾਂ ਬੰਦ ਉੱਤੇ ਵੀ ਟਿੱਪਣੀਆਂ ਕੀਤੀਆਂ। ਵੇਖੋ ਮੇਰੀ ਗੱਲ ਸੁਣੋ ਵੀ, ਜਿਹੜੇ ਮੰਨ ਕੇ ਚਲੋ ਵੀ ਗਲਤ ਝਾਂਸੇ 'ਚ ਆ ਕੇ ਚੜ੍ਹ ਜਾਂਦੇ ਜਹਾਜ਼, ਠੀਕ ਆ, ਜਾ ਕੇ ਤਾਂ ਉੱਥੇ ਹੀ ਪਤਾ ਲੱਗਦਾ ਬਈ 20 ਦਿਨ ਦੀ ਗੱਲ ਹੈ ਨਾ, 20 ਦਿਨ ਦੇ ਵਿੱਚ ਬਹੁਤ ਕੁਛ ਵੇਖਿਆ ਜਾ ਸਕਦਾ, 20 ਦਿਨ ਦੇ ਵਿੱਚ ਤਾਂ ਬਹੁਤ ਵੱਡੇ ਹੁੰਦੇ, ਜਿਹਨੇ ਵੇਖਣਾ ਨਾ ਉਹ ਇੱਕ ਦਿਨ 'ਚ ਵੀ ਵੇਖ ਲੈਂਦਾ, ਜਿਹਨੇ ਵੇਖਣਾ ਇੱਥੋਂ ਵੀ ਵੇਖ ਲੈਂਦਾ ਬੈਠਾ, ਠੀਕ ਆ। 20 ਦਿਨ ਬਹੁਤ ਵੱਡੇ ਹੁੰਦੇ ਆ, ਆਪਾਂ ਹੁਣ ਆਹ ਇਲੈਕਸ਼ਨ ਦਾ ਸਮਾਂ ਲੰਘ ਕੇ ਗਿਆ, ਠੀਕ ਆ, ਜਦੋਂ ਆਪਾਂ ਪਿੰਡ ਵਿੱਚ ਦੀ ਲੰਘ ਜਾਂਦੇ ਸੀ ਆਪਾਂ ਨੂੰ ਪਤਾ ਲੱਗ ਜਾਂਦਾ ਹਵਾ ਕਿੱਧਰ ਨੂੰ ਚੱਲਦੀ ਆ, ਇਹ ਪਿੰਡ ਦਾ ਜ਼ਿਆਦਾ ਜ਼ੋਰ ਕਿਹੜੇ ਪਾਸੇ ਆ, ਪਿੰਡ ਵਿੱਚ ਦੀ ਗੇੜਾ ਕੱਢਣ ਦਾ ਪਤਾ ਲੱਗ ਜਾਂਦਾ ਨਾ। ਅਤੇ ਇਸੇ ਤਰ੍ਹਾਂ ਬਈ 20 ਦਿਨ ਉਹਨੇ 20 ਦਿਨ ਲਾਏ ਆ, ਅਕਸਰ ਉੱਥੇ ਕੋਈ ਲੋਕਾਂ ਨਾਲ ਰਿਹਾ ਹੋਣਾ, ਜਿਹੜੇ ਮੁੰਡੇ ਉੱਥੇ ਗਏ ਆ, ਕੋਈ ਚਾਰ ਲੋਕਾਂ ਨੂੰ ਮਿਲਿਆ ਹੀ ਹੋਣਾ 20 ਦਿਨ ਦੇ ਵਿੱਚ, ਪਤਾ ਕਿਉਂ ਨਹੀਂ ਲੱਗਦਾ 20 ਦਿਨ ਦੇ ਵਿੱਚ? ਤਾਂ ਜਿਹਨੇ ਵੇਖਣਾ ਉਹਨੂੰ ਤਾਂ ਹਫ਼ਤੇ 'ਚ ਪਤਾ ਲੱਗ ਜਾਂਦਾ, 2 ਦਿਨਾਂ 'ਚ ਪਤਾ ਲੱਗ ਜਾਂਦਾ। ਆਪਾਂ ਚੰਡੀਗੜ੍ਹ ਜਾਂਦੇ ਹਾਂ, 3 ਦਿਨ ਲੈ ਆਓ, 3 ਦਿਨ ਲਾ ਕੇ ਆ ਜਾਓ, ਆਪਾਂ ਨੂੰ ਚੰਡੀਗੜ੍ਹ ਦਾ ਪਤਾ ਲੱਗ ਜਾਂਦਾ ਵੀ ਉੱਥੇ ਰਹਿਣੀ ਬਹਿਣੀ ਕਿਹੋ ਜਿਹੀ ਆ, ਠੀਕ ਆ। ਉਹਨੇ 20 ਦਿਨਾਂ 'ਚ ਦੱਸਿਆ ਮੈਨੂੰ ਫਿੱਟ ਨਹੀਂ ਲੱਗਿਆ ਗਾ, ਉਹਨੇ ਆਪਦਾ ਐਕਸਪੀਰੀਅੰਸ ਸੈਂਡ ਆਪਣਾ ਜਿਹਾ ਸ਼ੇਅਰ ਕੀਤਾ। ਕੋਈ 5 ਸਾਲ ਦਾ ਐਕਸਪੀਰੀਅੰਸ ਸ਼ੇਅਰ ਕਰਦਾ, ਕੋਈ 10 ਸਾਲ ਦਾ ਕਰਦਾ, ਕੋਈ 2 ਸਾਲ ਦਾ ਕਰਦਾ, ਉਹਨੇ ਆਪਦੇ 20 ਦਿਨ ਦਾ ਕਰਤਾ, ਇਹ ਹੱਕ ਆ, ਠੀਕ ਆ। ਇਹ ਆਪਣਾ ਜਿਹੜਾ ਉਹਨੂੰ 20 ਦਿਨ ਦਾ ਲੱਗਿਆ ਉਹਨੇ ਕਰਤਾ,
ਜਿਹੜੇ 5-5 ਸਾਲ ਵਾਲੇ ਵੀ ਕਰੀ ਜਾਂਦੇ ਚੈਨਲ ਦੇ ਉੱਤੇ, 10-10 ਸਾਲ ਵਾਲੇ ਵੀ ਕਰੀ ਤੇ, ਉਹਨੇ ਤਾਂ 20 ਦਿਨ ਦਾ ਕਰਤਾ ਜੋ ਕੁਛ ਨੂੰ 20 ਦਿਨ ਦੇ ਵਿੱਚ ਲੱਗਿਆ, ਠੀਕ ਆ, ਜੋ ਉਹਨੇ ਵੇਖਿਆ, ਜੋ ਉਹਨੇ ਵੇਖ ਕੇ ਉੱਥੇ ਕੀਤਾ, ਵੇਖ ਕੇ ਆਇਆ। ਹੁਣ ਯਾਰ ਜਿਹੜੇ ਅਕਸਰ ਜਾਂਦੇ ਆਪਣੇ ਸਰਵੇ ਕਰਨ ਜਾਂਦੇ ਆ ਜਾਂ ਕੋਈ ਹੋਰ ਜਾਂਦੇ ਆ ਵੀ ਕੋਈ ਦੁਨੀਆ ਕਿ ਫਲਾਨੀ ਕਿਹੋ ਜੀ ਕਿੱਥੇ ਰਹਿੰਦੀ, ਕੋਈ ਪੱਤਰਕਾਰ ਜਾਂਦੇ ਆ, ਕੋਈ ਕੁਛ ਜਾਂਦੇ ਆ, ਉਹ ਕਿਹੜਾ ਵੀ ਉੱਥੇ ਰਹਿ ਕੇ ਵੇਖ ਕੇ ਆਉਂਦੇ, ਕੋਈ 20 ਦਿਨ 10 ਦਿਨ ਲਾ ਕੇ ਪਤਾ ਕਰਕੇ ਆਉਂਦੇ ਕੀ ਕੋਈ ਕੁਛ ਚੱਲ ਰਿਹਾ, ਕਿਵੇਂ ਚੱਲ ਰਿਹਾ। ਅਤੇ ਜਿਹਨੇ ਪਤਾ ਕਰਨਾ ਨਾ, ਜਿਹਨੇ ਸਾਰਾ ਕੁਛ ਕਰਨਾ, ਉਹਦੇ ਕੋਲ ਦਿਨ ਦੋ ਬਹੁਤ ਹੁੰਦੇ ਬਾਈ, ਠੀਕ ਹੈ ਨਾ। 20 ਦਿਨ ਤਾਂ ਬਹੁਤ ਵੱਡੇ ਹੋ ਜਾਂਦੇ ਆ, ਆਪਣਾ 440 80 ਘੰਟੇ ਹੋ ਜਾਂਦੇ ਆ, ਠੀਕ ਆ। ਇੱਕ ਪਾਸੇ ਪੰਜਾਬ ਪਜਾਉਣ 'ਤੇ ਲੱਗੇ ਹੋਏ ਆ ਕਰਨ ਵਰਗੇ ਵੀਰ, ਗੈਵੀ ਵਰਗੇ, ਤੁਸੀਂ ਇੱਕ ਵਾਰੇ ਪੰਜਾਬ ਨੂੰ ਖਾਲੀ ਕਰਨ 'ਤੇ ਲੱਗੇ ਹੋਏ ਆ। ਬਾਕੀ ਰਹੀ ਗੱਲ ਇਮੀਗ੍ਰੇਸ਼ਨ ਵਾਲਿਆਂ ਦੀ, ਮੈਂ ਇੱਕ ਇਹਨਾਂ ਦੀ ਨਹੀਂ ਕਰਦਾ, ਸਾਰਿਆਂ ਦੀ ਕਰਦਾ। ਇਹਨਾਂ ਇਮੀਗ੍ਰੇਸ਼ਨ ਵਾਲਿਆਂ ਨੂੰ ਜਦੋਂ ਕੋਈ ਪੰਜਾਬ 'ਚ ਆਉਂਦਾ ਨਾ ਕੈਨੇਡਾ ਛੱਡ ਕੇ, ਇਹਨਾਂ ਦੀ ਭਾਦੀ ਬਣ ਜਾਂਦੀ ਆ, ਕਿਉਂਕਿ ਇਹਨਾਂ ਦੀ ਦੁਕਾਨਦਾਰੀ ਦੇ ਮਸਲਿਆਂ 'ਤੇ ਖਤਰਾ ਪੈ ਜਾਂਦਾ ਇਹਨਾਂ ਨੂੰ। ਮੈਂ ਅੱਗੇ ਵੀ ਕਹਿੰਦਾ ਹੁਣ ਇਹਨਾਂ ਨੂੰ ਕੋਈ ਮਤਲਬ ਨਹੀਂ, ਤੁਹਾਡੀ ਬੋਲੀ ਬਚੇ ਜਾਂ ਨਾ ਬਚੇ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਚਣ ਨਾ ਬਚਣ, ਪੰਜਾਬ ਤੁਹਾਡਾ ਬਚੇ, ਪੰਜਾਬ ਤੁਹਾਡਾ ਖਾਲੀ ਹੋਈ ਜਾਂਦਾ, ਪੰਜਾਬ ਸੱਤਾਂ ਤੁਹਾਡੀਆਂ ਖਾਲੀ ਹੋਈ ਜਾਂਦੀਆਂ, ਅੱਗੇ ਖੇਤੀ ਕਰਨ ਵਾਲਾ ਕੋਈ ਬਚ ਨਹੀਂ ਰਿਹਾ ਹੈਗਾ, ਠੀਕ ਆ। ਇਹਨਾਂ ਲੋਕਾਂ ਨੂੰ ਕੀ ਕਹਦਾ ਫਿਕਰ ਹੈ ਯਾਰ, ਫਿਕਰ ਤਾਂ ਸੋਚਣ ਦੀ ਲੋੜ ਆਪਾਂ ਨੂੰ ਆ, ਠੀਕ ਆ। ਇਹਨਾਂ ਤਾਂ ਅਸੀਂ ਦੁਕਾਨਦਾਰੀ ਚਲਾਉਣੀ ਆ, ਇਹਨਾਂ ਰੋਟੀਆਂ ਸਿੱਖਣੀਆਂ, ਠੀਕ ਆ। ਇਹਨਾਂ ਨੂੰ ਪੰਜਾਬ ਨਾਲ ਮਤਲਬ ਨਹੀਂ ਗਾ, ਇਹਨਾਂ ਨੂੰ ਆਪਣੀ ਦੁਕਾਨਦਾਰੀ ਨਾਲ ਮਤਲਬ ਆ। ਅਸੀਂ ਜ਼ਿੰਦਗੀ ਬਣਾਤੀ, ਕਾਹਦੀ ਜ਼ਿੰਦਗੀ ਬਣਾਤੀ, ਠੀਕ ਆ। 90% ਜਵਾਕ ਰੋਈ ਜਾਂਦੇ ਆ, ਜੇ ਕੋਈ 5% 10, ਚਲੋ 5-10% ਕਾਮਯਾਬ ਵੀ ਹੁੰਦੇ, ਮੈਂ ਨਹੀਂ ਕਹਿੰਦਾ ਵੀ ਕਾਮਯਾਬ ਨਹੀਂ ਉੱਤੇ ਹੁੰਦੇ ਗੇ, ਜਿਹੜੇ 5-10-90, ਮਗਰ ਜੇ ਕੋਈ 5 ਜਾਂ 10 ਜਵਾਕ ਕਾਮਯਾਬ ਹੁੰਦੇ ਨਾ, ਉਹਨਾਂ ਦੀ ਕਹਾਣੀ ਮੂਹਰੇ ਵਾਵਾ ਵਿਖਾਈ ਜਾਂਦੇ ਆ। ਪਰ ਜੇ 90 ਜਵਾਕ ਰੋਈ ਜਾਂਦੇ, ਉਹਨਾਂ ਨੂੰ ਨਹੀਂ ਲਿਆਉਂਦੇ ਅੱਗੇ, ਇਹ ਸਿਰਫ 5-10% ਲੋਕਾਂ ਨੂੰ ਮੂਹਰੇ ਲਿਆ ਕੇ ਤੁਹਾਨੂੰ ਅੱਗੇ ਝਾਂਸਾ ਦੇ ਦਿੰਦੇ ਆ, ਤੁਹਾਨੂੰ ਗੁੰਮਰਾਹ ਕਰ ਲੈਂਦੇ ਆ ਇਹ, ਠੀਕ ਆ। ਕਿਉਂਕਿ ਮੈਂ ਨਹੀਂ ਕਹਿੰਦਾ ਵੀ 5-10% ਤਾਂ ਹਰੇਕ ਚੀਜ਼ 'ਚ ਕਾਮਯਾਬ ਹੋ ਹੀ ਜਾਂਦੇ ਆ। ਇਸੇ ਕਰਕੇ ਵੀ ਉਹਨਾਂ 5-7% ਨੂੰ ਮੂਹਰੇ ਲਿਆ ਕੇ ਤੁਹਾਨੂੰ ਗੁੰਮਰਾਹ ਕਰਦੇ ਆ, ਠੀਕ ਆ। ਪਰ ਜਿਹੜੇ 90 ਜਵਾਕ ਉੱਥੇ ਰੋਂਦੇ ਆ ਨਾ, ਉਹਨਾਂ ਨੂੰ ਪੁੱਛ ਕੇ ਵੇਖੋ। ਅੱਛਾ ਫਿਰ ਕਹਿ ਦੇਣਗੇ ਜੀ ਬਹੁਤ ਕੰਮ ਆ ਜੀ ਉੱਥੇ। ਅੱਛਾ ਇਹਨਾਂ ਦੇ ਮੈਂ ਆਮ ਹੀ ਹੁੰਦਾ ਨਾ ਵੀਡੀਓ, ਯਾਰ ਕੰਮ ਕਿਹੜਾ ਯਾਰ, ਜਵਾਕ ਨੂੰ ਪੁੱਛੋ ਤਾਂ ਸਹੀ, ਤੁਹਾਡੇ ਕਹਿੰਦਾ ਹਾਲ ਕੀ ਆ ਉੱਥੇ, ਠੀਕ ਆ। ਕੋਈ ਝੂਠ ਤਾਂ ਨਹੀਂ ਦੁਨੀਆ ਬੋਲੀ ਜਾਂਦੀ ਗੀ, ਗੁੰਮਰਾਹ ਕੌਣ ਕਰਦਾ। ਜਿਹੜੇ ਜਵਾਕ ਉੱਥੇ ਗਏ ਆ, ਅਕਸਰ ਜਿਹੜੇ ਪਿੰਡਾਂ ਦੇ ਜਵਾਕ ਗਏ ਆ, ਪਿੰਡਾਂ 'ਚ ਸਾਡੇ ਵੀ ਰਿਸ਼ਤੇਦਾਰ ਗਏ ਆ, ਉੱਥੇ ਬੈਠੇ ਆ, ਸਾਨੂੰ ਹੀ ਦੱਸਦੇ ਆ, ਠੀਕ ਆ, ਸਾਨੂੰ ਤੁਸੀਂ ਗੁੰਮਰਾਹ ਕਰਦੇ ਆ, ਠੀਕ ਆ। ਬਈ ਅਕਸਰ ਜਿਹੜੇ ਜਵਾਕ ਗਏ ਆ, ਉਹ ਮਾਂ ਪਿਓ ਇੱਧਰ ਉਹ ਆਪਦੇ ਨੂੰ ਦੱਸਦੇ ਵੀ ਉੱਥੇ ਕੰਮ ਨਹੀਂ ਮਿਲਿਆ ਹੈਗਾ, ਉਹ ਹੀ ਰਹਿੰਦੇ ਆ, ਹੋਰ ਕੌਣ ਕਹਿਣਾ। ਆਪਦੇ ਘਰਦਿਆਂ ਨੂੰ ਦੱਸਦੇ, ਘਰ ਦੇਗਾ ਇੱਥੇ ਪੰਜਾਬ 'ਚ ਦੱਸਦੇ ਆ, ਕੋਈ ਗੁੰਮਰਾਹ ਤੀਜਿਆਂ ਦਾ ਨਹੀਂ ਕਰਨਾ ਆ ਕੇ। ਇਹ ਤਾਂ ਜਿਹੜੇ ਜਵਾਕ ਗਏ ਉਹ ਆਪਦੇ ਮਾਪਿਆਂ ਨੂੰ ਦੱਸਦੇ ਆ, ਆਪਦੇ ਰਿਸ਼ਤੇਦਾਰਾਂ ਨੂੰ ਦੱਸਦੇ ਆ, ਕਿਸੇ ਆਪਦੇ ਦੋਸਤ ਮਿੱਤਰ ਨੂੰ ਦੱਸਦੇ ਆ ਵੀ ਇੱਥੇ ਕੰਮ ਹੈ ਨਹੀਂ, ਅਤੇ ਉਹੀ ਗੱਲ ਬਾਹਰ ਨਿਕਲ ਕੇ ਆਉਂਦੀ ਆ, ਠੀਕ ਆ। ਤੁਸੀਂ ਗੁੰਮਰਾਹ ਨਾ ਕਰੋ, ਤੁਸੀਂ ਪੰਜਾਬ ਨੂੰ ਜਿਹੜੀ ਬਚੀ ਖੁਸ਼ੀ ਆ, ਪੰਜਾਬ 'ਤੇ ਪੂਰਾ ਰਹਿਮ ਕਰੋ, ਠੀਕ ਆ। ਤੁਹਾਨੂੰ ਪੂਰਾ ਰਹਿਮ ਨਹੀਂ ਆਉਂਦਾ ਪੰਜਾਬ ਦੇ ਉੱਪਰ ਬਿਲਕੁਲ ਵੀ, ਤੁਸੀਂ ਯਾਰ ਪੰਜਾਬ 'ਤੇ ਰਹਿਮ ਕਰ ਲਓ ਥੋੜ੍ਹਾ ਜਿਹਾ, ਬਚ ਲੈਣ ਦਿਓ ਪੰਜਾਬ, ਠੀਕ ਆ। ਸਾਨੂੰ ਪੰਜਾਬ ਬਚਾਉਣ ਦੀ ਲੋੜ ਆ, ਬੜਾ ਡੂੰਘਾ ਸੋਚਣ ਵਾਲੇ ਮਸਲੇ ਆ ਇਹ, ਠੀਕ ਆ। ਜ਼ਿਮੀਂਦਾਰ ਜਿਹੜੇ ਆਪਣੇ ਜ਼ਿਮੀਂਦਾਰਾਂ ਜਵਾਕ ਆ, ਕੋਈ ਕੈਨੇਡਾ ਨੂੰ ਨਿਕਲਿਆ ਜਾਂਦਾ, ਕੋਈ ਅਮਰੀਕਾ ਨੂੰ ਨਿਕਲਿਆ ਜਾਂਦਾ, ਕੋਈ ਕਿੱਧਰ ਨੂੰ ਨਿਕਲਿਆ ਜਾਂਦਾ, ਜਿਹੜੇ ਆਪਣੇ ਮੰਨ ਕੇ ਚੱਲੋ SC ਭਾਈ ਵਰਗਾ ਸਾਡਾ ਭਾਈ, ਜਿਹੜਾ SC ਭਾਈਚਾਰਾ ਜਵਾਕ ਆ, ਉਹ ਦੁਬਈ ਨੂੰ ਨਿਕਲ ਜਾਂਦਾ, ਕੋਈ ਮਲੇਸ਼ੀਆ ਨਿਕਲ ਜਾਂਦਾ, ਕਿਸੇ ਪਾਸੇ ਨਿਕਲ ਜਾਂਦਾ, ਠੀਕ ਆ। ਅਤੇ ਪਰ ਯਾਰ ਜਿਨ੍ਹਾਂ ਕੋਲ ਜ਼ਮੀਨਾਂ, ਉਹਨਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ, ਪੰਜਾਬ ਸਾਂਭੋ। ਬੜੀ ਡੂੰਘੀਆਂ ਗੱਲਾਂ ਇਹ, ਬੜਾ ਡੂੰਘਾ ਸੋਚਣ ਦੀਆਂ ਗੱਲਾਂ। ਇੱਥੇ ਕੰਮ ਚਲਾ ਲਓ, ਸੌਖੇ ਰਹੋ, ਖਾਣੀਆਂ ਦੋ ਰੋਟੀਆਂ, ਹੋਰ ਕੁਛ ਨਹੀਂ ਕਰਨਾ ਹੈਗਾ, ਠੀਕ ਆ। ਅਤੇ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਹਨਾਂ ਦੇ ਮਗਰ ਨਾ ਲੱਗੋ, ਇਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦੇ ਨਾਲ, ਮੈਂ ਅੱਗੇ ਵੀ ਕਹਿੰਦਾ ਹੁੰਦਾ, ਠੀਕ ਆ। ਇਹਨਾਂ ਨੂੰ ਰੋਟੀਆਂ ਸਿੱਖਣ ਦਾ ਮਤਲਬ ਤੁਹਾਨੂੰ ਗਲਤ
ਜਿਹੜੇ ਕੋਈ 5-10% ਦਾ ਲੋਕਾਂ ਦਾ ਡਾਟਾ ਲਿਆ ਕੇ ਤੁਹਾਨੂੰ ਕਾਮਯਾਬੀ ਦਾ ਉਹ ਵਿਖਾ ਕੇ ਤੁਹਾਨੂੰ ਗੁੰਮਰਾਹ ਕਰੀ ਜਾਂਦੇ ਆ, ਅਤੇ 90% ਜਵਾਕ ਰੋਂਦੇ ਆ ਉੱਥੇ, ਠੀਕ ਆ। ਅਤੇ ਬਾਈ ਅਸੀਂ ਪੰਜਾਬ ਪਹੁੰਚਾਉਣ ਦੀ ਖਾਤਰ ਹਮੇਸ਼ਾ ਲੜਾਂਗੇ, ਲੜਦੇ ਰਹਾਂਗੇ, ਅਤੇ ਹਮੇਸ਼ਾ ਸਾਡੀ ਆਵਾਜ਼ ਉੱਠਦੀ ਰਹੂਗੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।